कुछ दिन पहले फाजिलका सब्जी मंडी से मिले एक व्यक्ति के शव की पहचान नहीं हो पाने के बाद उसे 72 घंटे के लिए सिविल अस्पताल फाजिलका की मोर्चरी में रखवा दिया गया था। 72 घंटे बीत जाने के बाद भी शव की पहचान नहीं हो पाई, जिसके बाद शिवसेना बाल ठाकरे शिंदे ग्रुप के सदस्यों द्वारा हिंदू रीति रिवाज के साथ शव का अंतिम संस्कार कर दिया गया। जय श्री राम जी। अज तो कुछ दिन पहला जी सानू फोन आया से सिर सिरे भी एक जी लावारिस डेड बॉडी, एक डेड बॉडी जो है कीचड़ दे विच फसी पई है। ये सब्जी मंडी दे विच कीचड़ दे विच बहुत बुरी तरह जी है डेड बॉडी पई सी, ते पुलिस भी उत्थे आई सी, ते मैनू फोन भी आया सी, ते मैं मेरी टीम दे नाल सी उत्थे पहुंचा, रेस्क्यू करके जिहड़ा है उहनू कीचड़ दे विच कढ के चंगी तरह धो के पानी नाल फिर असी जिहड़ा पुलिस दे सहयोग दे नाल उहनू मोर्चे 'च रखवाया। 72 ਘੰਟੇ ਤੋਂ ਬਾਅਦ ਯਾਨੀ ਕਿ ਜੇ ਕੋਈ ਮੰਨ ਲਓ ਕਿਸੇ ਦਾ ਹੈਗਾ ਸੀ ਵਾਰਿਸ ਤਾਂ ਕੋਈ ਆ ਕੇ ਪਛਾਣ ਲੈਂਦਾ, ਅਤੇ ਕੋਈ ਵੀ ਬੰਦਾ ਨਹੀਂ 72 ਘੰਟੇ ਤੱਕ ਪਹੁੰਚਾ। ਅਤੇ ਅੱਜ ਜਿਹੜਾ ਹੈਗਾ ਵੀ ਪੰਜਾਬ ਪੁਲਿਸ ਨੇ ਜੋ ਸਾਨੂੰ ਸਿਟੀ ਫਾਜ਼ਿਲਕਾ ਪੁਲਿਸ ਨੇ ਫੋਨ ਕੀਤਾ ਵੀ ਅੱਜ ਇਹਦਾ ਪੋਸਟਮਾਰਟਮ ਕਰਾ ਕੇ ਅਤੇ ਇਹਨੂੰ ਜਿਹੜਾ ਅੱਜ ਸੰਸਕਾਰ ਕਰਵਾਉਣਾ, ਅਤੇ ਅੱਜ ਸਾਡੀ ਸ਼ਿਵ ਸੈਨਾ ਦੀ ਟੀਮ ਪੂਰੀ ਆਈ ਹੈ, ਅਤੇ ਅਸੀਂ ਜਿਹੜਾ ਹਿੰਦੂ ਰੀਤੀ ਰਿਵਾਜ਼ ਦੇ ਨਾਲ ਵਿਧੀ ਵਿਧਾਨ ਦੇ ਨਾਲ ਅਸੀਂ ਪੰਡਿਤ ਜੀ ਨੂੰ ਬੁਲਾ ਕੇ ਅਤੇ ਇਹਦਾ ਅੱਜ ਜਿਹੜਾ ਸੰਸਕਾਰ ਕੀਤਾ। ਅਤੇ ਸਾਡੀ ਜਿਹੜੀ ਟੀਮ ਹੈ ਸ਼ਿਵ ਸੈਨਾ ਦੀ ਟੀਮ ਪੂਰੀ ਹਮੇਸ਼ਾ ਹੀ ਸੇਵਾ ਦੇ ਕੰਮ ਕਰਦੀ ਹੈ, ਅੱਗੇ ਵੀ ਕਰਦੀ ਆਈ ਹੈ ਅਤੇ ਕਰਦੀ ਰਹੇਗੀ, ਕਿਉਂਕਿ ਜਦੋਂ ਲਾਵਾਰਿਸ ਡੈੱਡ ਬੋਡੀ ਦਾ ਸੰਸਕਾਰ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਇਹਦੀ ਅਸਥੀਆਂ ਉਹ ਵੀ ਅਸੀਂ ਜਿਹੜੀ ਹੈ ਹਰਿਦੁਆਰ ਗੰਗਾ 'ਚ ਵਿਸਰਜਨ ਕਰਦੇ ਹਾਂ ਵਿਧੀ ਵਿਧਾਨ ਦੇ ਨਾਲ। ਸਾਡਾ ਕੰਮ ਜਿਹੜਾ ਹੈ ਸਾਡੇ ਬਾਲਾ ਸਾਹਿਬ ਠਾਕਰੇ ਉਹਨਾਂ ਦਾ ਕਹਿਣਾ ਵੀ ਜੋ ਕੰਮ ਹੈ ਉਹ ਸੇਵਾ ਹੀ ਹੈ, 80% ਜਿਹੜੀ ਅਸੀਂ ਸੇਵਾ ਕਰਦੇ ਹਾਂ, 20% ਅਸੀਂ ਰਾਜਨੀਤੀ ਕਰਦੇ ਹਾਂ, ਅਤੇ ਸਾਡਾ ਕੰਮ ਇਹ ਵੀ ਚੱਲਦਾ ਰਹੇਗਾ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਜੀ। ਮੈਂ ਪੰਕਜ ਮਿੱਡਾ, ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਛਿੰਦੇ ਗਰੁੱਪ ਸਿਟੀ ਪ੍ਰੈਜ਼ੀਡੈਂਟ। ਕੁਛ ਦਿਨ ਪਹਿਲਾਂ ਸਾਨੂੰ ਇੱਕ ਕੋਲ ਆਈ ਸੀ ਕਿ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਦੇ ਵਿਚਕਾਰ ਇੱਕ ਜਿਹੜੀ ਵੱਡੀ ਗਲੀ ਹੈ ਉਹਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਪਈ ਹੈ ਗੰਦਗੀ ਦੇ ਵਿੱਚ, ਤਾਂ ਅਸੀਂ ਉੱਥੇ ਸਾਡੀ ਜਿਹੜੀ ਟੀਮ ਪਹੁੰਚੀ ਤਾਂ ਉਹਨੂੰ ਰੈਸਕਿਊ ਕਰਕੇ ਅਸੀਂ ਉਹਨੂੰ ਪਹਿਲਾਂ ਗੰਦਗੀ ਦੇ ਵਿੱਚੋਂ ਕੱਢਿਆ, ਫਿਰ ਉਹਨੂੰ ਅੱਛੀ ਤਰ੍ਹਾਂ ਨਹਿਲਾ ਧੁਲਾ ਕੇ ਅਸੀਂ ਉਹਨੂੰ ਮੋਰਚਰੀ ਦੇ ਵਿੱਚ ਰਖਾਇਆ, ਜਿਵੇਂ ਕਿ ਸਰਕਾਰ ਦੇ ਵੱਲੋਂ ਅਤੇ ਸਿਵਲ ਹੋਸਪਿਟਲ ਵੱਲੋਂ ਹੈ ਵੀ 72 ਘੰਟੇ ਜਿਹੜਾ ਪਹਿਲਾਂ ਉਹਨੂੰ ਮੋਰਚਰੀ ਦੇ ਵਿੱਚ ਰੱਖਿਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਅੱਜ ਸਾਨੂੰ ਸਿਟੀ ਦੇ ਵਿੱਚੋਂ ਫੋਨ ਆਇਆ ਕਿ ਜਿਹੜਾ ਅੱਜ ਉਹਦੇ 72 ਘੰਟੇ ਦਾ ਟਾਈਮ ਪੂਰਾ ਹੋ ਗਿਆ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ, ਵੀ ਉਹਨਾਂ ਦਾ ਕੋਈ ਵੀ ਵਾਰਿਸ ਨਹੀਂ ਆਇਆ, ਤਾਂ ਅਸੀਂ ਜਿਹੜੀ ਉਹ ਲਵਾਰਿਸ ਬੋੜੀ ਨੂੰ ਇੱਥੇ ਲੈ ਕੇ ਆਏ ਹਾਂ ਅਤੇ ਉਹਨਾਂ ਦਾ ਹਿੰਦੂ ਰੀਤੀ ਰਿਵਾਜ਼ ਦੇ ਹਿਸਾਬ ਨਾਲ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ। ਅਤੇ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਜਿਹੜਾ ਇਹਨਾਂ ਨੂੰ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇਣ। ਦੇਖੋ ਜੀ, ਮੈਂ ਮੋਬਾਈਲ ਦੇ ਜ਼ਰੀਏ 2-3 ਦਿਨ ਪਹਿਲੇ ਮੈਨੂੰ ਪਤਾ ਲੱਗਿਆ ਕਿ ਕੋਈ ਇੱਕ ਲਾਵਾਰਿਸ ਆਦਮੀ ਦੀ ਲਾਸ਼ ਜਿਹੜੀ ਹੈ ਸਬਜ਼ੀ ਮੰਡੀ ਦੇ ਕਿਸੇ ਪਾਸੇ ਕੋਈ ਜਗ੍ਹਾ 'ਤੇ ਚਿੱਕੜ ਹੈਗਾ ਸੀ ਉੱਥੇ ਪਈ ਸੀ, ਅਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸਵੰ ਸੇਵਕਾਂ ਨੇ ਸਮਾਜ ਸੇਵਿਕਾਂ ਨੇ ਉਸ ਲਾਸ਼ ਦਾ ਰੈਸਕਿਊ ਕਰਕੇ ਹੋਸਪਿਟਲ 'ਚ ਪਹੁੰਚਾਇਆ। ਜੋ ਕਾਨੂੰਨ ਹੈ ਹੋਸਪਿਟਲ ਦਾ ਜਾਂ ਸਰਕਾਰ ਦਾ, ਵਿੱਚੋਂ 72 ਘੰਟੇ ਜੋ ਡੈੱਡ ਬੋਡੀ ਨੂੰ ਰੱਖਿਆ ਜਾਂਦਾ, 72 ਘੰਟੇ ਪੂਰੇ ਹੋਣ 'ਤੇ ਅੱਜ ਇਹ ਸਾਰੇ ਸ਼ਿਵ ਸੈਨਾ ਬਾਲ ਠਾਕਰੇ ਦੇ ਸਵੰ ਸੇਵਕ ਜਿਹੜੇ ਹੈਗੇ ਨੇ ਉਸ ਡੈੱਡ ਬੋਡੀ ਨੂੰ ਲਾਵਾਰਿਸ ਲਾਸ਼ ਨੂੰ ਸ਼ਮਸ਼ਾਨ ਭੂਮੀ 'ਚ ਲੈ ਕੇ ਆਏ ਨੇ, ਔਰ ਪੂਰੇ ਹਿੰਦੂ ਰੀਤੀ ਦੇ ਰਿਵਾਜ਼ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦਾ ਬ੍ਰਾਹਮਣ ਆਚਾਰਿਆ ਬ੍ਰਾਹਮਣ ਹੋਣ ਦੇ ਨਾਤੇ ਆਪਣੇ ਉਮੇਸ਼ ਜੀ ਨੇ ਮੈਨੂੰ ਫੋਨ ਕੀਤਾ ਸੀ, ਪੰਡਿਤ ਜੀ ਇੱਕ ਲਾਵਾਰਿਸ ਦਾ ਸੰਸਕਾਰ ਕਰਾਉਣਾ, ਤਾਂ ਮੈਂ ਕਿਸੇ ਕੰਮ ਗਿਆ ਸੀ ਉਹ ਕੰਮ ਛੱਡ ਕੇ ਅਤੇ ਮੈਂ ਇੱਥੇ ਲਾਵਾਰਿਸ ਸੰਸਕਾਰ ਲਾਵਾਰਿਸ ਲਾਸ਼ ਦਾ ਸੰਸਕਾਰ ਕਰਨ ਵਾਸਤੇ ਹਾਜ਼ਰ ਹੋਇਆ।
ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਸੇਵਾ ਦਾ ਮੌਕਾ ਦਿੱਤਾ। ਧੰਨਵਾਦ। ਇਹ ਜੀ ਮਿਤੀ 18/1/24 ਨੂੰ ਸਬਜ਼ ਮੰਡੀ ਦੇ ਵਿੱਚ ਇੱਕ ਭਿਖਾਰੀ ਰਹਿੰਦਾ ਸੀਗਾ ਜਿਹੜਾ ਮੰਗ ਮੁੱਕ ਕੇ ਆਪਦਾ ਟਾਈਮ ਪਾਸ ਕਰਦਾ ਸੀਗਾ। ਉਸ ਰਾਤ ਕਿਤੇ ਇਹ ਮਤਲਬ ਰਾਤ ਦਾ ਹਨੇਰਾ ਹੋਣ ਕਰਕੇ ਚਿੱਕੜ ਦੇ ਵਿੱਚ ਵੜ ਗਿਆ। ਚਿੱਕੜ ਦੇ ਵਿੱਚ ਵੜਨ ਦੇ ਨਾਲ ਅਤੇ ਡਿੱਗ ਕੇ ਠੰਡ ਨਾਲੇ ਦੀ ਜਿਹੜੀ ਮੌਤ ਹੋ ਗਈ ਸੀ, ਜਿਨ੍ਹਾਂ ਨੂੰ ਅਸੀਂ 72 ਘੰਟੇ ਲਈ ਲਿਆ ਕੇ ਅਤੇ ਮੋਰਚੀ ਵਿੱਚ ਰੱਖਿਆ ਸੀਗਾ। ਅਤੇ ਅੱਜ ਜਿਹੜਾ ਉਹਦਾ ਪੋਸਟਮਾਰਟਮ ਕਰਕੇ ਅਤੇ ਜਿਹੜੀ ਆ ਲਾਸ਼ ਆ ਅਸੀਂ ਸਿਵ ਸੈਨਾ ਦੇ ਹਵਾਲੇ ਕਰ ਰਹੇ ਹਾਂ ਜੋ ਕਿ ਇਹਦਾ ਸੰਸਕਾਰ ਕੀਤਾ ਜਾ ਸਕੇ। ਇਹਦੀ ਕਰੀਬ 60 ਸਾਲ ਸੀ, ਇਹਦਾ ਕੋਈ ਪਛਾਣਾ ਜੀ ਕੋਈ ਉੱਧਰ ਦਾ ਹੀ ਜਾਂ ਬਾਹਰ ਲਈ ਸਟੇਟ ਦਾ ਸੀਗਾ ਇਹ, ਅਤੇ ਜਿਹੜਾ ਕੋਈ ਇਹਦਾ ਨਾਮ ਪਤਾ ਜਿਹੜਾ ਮਲੂਮ ਨਹੀਂ ਹੋਇਆ ਸੀਗਾ। ਕਿਹੜੀ ਸੰਸਥਾ ਨੂੰ ਸੰਸਕਾਰ ਕਰਵਾਇਆ ਗਿਆ ਜੀ? ਇਹ ਸਿਵ ਸੈਨਾ ਨੂੰ ਜੀ।